ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਵਾਲਿਆਂ ਦੀ ਰਸ ਭਿੰਨੀ ਆਵਾਜ਼ ਵਿੱਚ ਹਰ ਵੇਲੇ ਕਥਾ ਕੀਰਤਨ ਅਤੇ ਸਿਮਰਨ ਦਾ ਆਨੰਦ ਮਾਨਣ ਲਈ ਭਾਈ ਗੁਰਸ਼ਰਨ ਸਿੰਘ ਜੀ ਆਫੀਸ਼ੀਅਲ ਚੈਨਲ YouTube ਨੂੰ ਸਬਸਕ੍ਰਾਈਬ ਕਰੋ ਅਤੇ ਨਵੇਂ ਕੀਰਤਨ ਵੀਡੀਓਜ਼ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਓ ਅਤੇ ਆਲ ਨੂੰ ਸਿਲੈਕਟ ਕਰੋ। ਇਸ ਨਾਲ ਹਰ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਦੇ ਮੋਬਾਈਲ ਤੇ ਆਏਗਾ, ਫਿਰ ਤੁਸੀਂ ਉਸ ਦਾ ਆਨੰਦ ਮਾਣ ਸਕਦੇ ਹੋ। ਇੱਕ ਸੰਨਿਆਸੀ ਮਹਾਤਮਾ, ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ, ਉਹਦਾ ਇੱਕ ਸੇਵਕ ਸੀ। ਉਹ ਜਦੋਂ ਉਸ ਸੰਨਿਆਸੀ ਮਹਾਤਮਾ ਦੇ ਕੋਲ ਬਹਿਣਦਾ ਨਾ, ਉਹਦੇ ਮਨ ਵਿੱਚ ਬੜੀ ਤਿਬਰ ਇੱਛਾ ਹੁੰਦੀ ਸੀ ਕਿ ਮੈਂ ਵੀ ਮਹਾਤਮਾ ਵਰਗਾ ਬਣਾ, ਮਹਾਤਮਾ ਵਰਗਾ। ਇੱਕ ਦਿਨ ਮਹਾਤਮਾ ਨੂੰ ਕਹਿਣ ਲੱਗਾ, ਕਹਿੰਦੇ ਮਹਾਤਮਾ ਮੈਨੂੰ ਵੀ ਸੰਨਿਆਸੀ ਬਣਾ ਦਿਓ, ਮੈਂ ਗ੍ਰਸਤ ਤੋਂ ਕੀ ਲੈਣਾ ਦੇਣਾ, ਮੈਂ ਗ੍ਰਸਤ ਤੋਂ ਕੀ ਲੈਣਾ, ਮੈਨੂੰ ਵੀ ਸੰਨਿਆਸੀ ਬਣਾ ਦਿਓ, ਮੈਨੂੰ ਵੀ ਮਹਾਤਮਾ, ਮੈਂ ਤੁਹਾਡੇ ਵਰਗਾ ਨਾਮ ਜਪਣਾ ਚਾਹੁੰਦਾ। ਉਹ ਮਹਾਤਮਾ ਕਹਿਣ ਲੱਗੇ, ਕਹਿੰਦੇ ਭਾਈ ਤੇਰੀ ਤਾਂ ਗ੍ਰਸਤੀ ਹੈ, ਤੇਰਾ ਮਾਰਗ ਸਗੋਂ ਉੱਚਾ ਹੈ, ਤੂੰ ਗ੍ਰਸਤੀ ਦੇ ਵਿੱਚ ਬਹਿ ਕੇ ਨਾਮ ਜਪ, ਤੈਨੂੰ ਸੰਨਿਆਸੀ ਬਣਨ ਦੀ ਕੀ ਲੋੜ ਪੈ ਗਈ, ਤੂੰ ਗ੍ਰਸਤ ਵਿੱਚ ਰਹਿ ਕੇ ਨਾਮ ਜਪ। ਨਹੀਂ ਮਹਾਰਾਜ, ਮੈਨੂੰ ਆਪਣੇ ਵਰਗਾ ਬਣਾ, ਕਿੱਡੀ ਤੁਹਾਡੇ 'ਤੇ ਕਿਰਪਾ, ਕਿੱਡੀ ਤੁਹਾਡੇ 'ਤੇ ਬਖਸ਼ਿਸ਼। ਕਹਿੰਦੇ ਓਏ ਭੋਲਿਆ, ਇਹ ਕਿਰਪਾ ਤਾਂ ਸਾਰੀ ਪ੍ਰਭੂ ਜੀ ਦੇ ਨਾਮ ਦੀ ਹੈ, ਇਹ ਤਾਂ ਪ੍ਰਭੂ ਜੀ ਦੇ ਨਾਮ ਦੀ ਹੈ, ਰੱਬ ਦੇ ਨਾਮ ਦੀ ਹੈ, ਤੂੰ ਬਹਿ ਕੇ ਜਪ ਲੈ ਗ੍ਰਹੀ ਦੇ ਵਿੱਚ, ਗ੍ਰਸਤੀ ਦੇ ਵਿੱਚ, ਇਹ ਕਿਰਪਾ ਤੇਰੇ 'ਤੇ ਹੋ ਜਾਏ। ਉਹ ਮੰਨਣ 'ਤੇ ਨਾ ਆਵੇ, ਉਹ ਕਹਿੰਦਾ ਮੈਂ ਗ੍ਰਸਤ 'ਚ ਨਾਮ ਨਹੀਂ ਜਪਣਾ, ਮੈਂ ਗ੍ਰਸਤ ਤਿਆਗ ਕੇ ਨਾਮ ਜਪਣਾ। ਮਹਾਂਪੁਰਖਾਂ ਨੇ ਫਿਰ ਬੜੀ ਜੁਗਤੀ ਨਾਲ ਉਹਨੂੰ ਸਮਝਾਇਆ। ਮਹਾਂਪੁਰਖ ਕਹਿਣ ਲੱਗੇ, ਆ ਲੋਟਾ ਫੜ, ਜਾਂ ਖੂਹ ਤੋਂ ਮੇਰੇ ਲਈ ਪਾਣੀ ਭਰ ਕੇ ਲਿਆ, ਪਿਆਸ ਲੱਗੀ ਹੈ, ਪਾਣੀ ਭਰ ਕੇ ਲਿਆ। ਉਹ ਲੋਟਾ ਲੈ ਕੇ ਤੁਰ ਪਿਆ। ਜਦੋਂ ਖੂਹ 'ਤੇ ਗਿਆ, ਉੱਥੇ ਦੇਖਦਾ ਕੋਈ ਕੱਪੜੇ ਧੋਂਦਾ ਪਿਆ ਖੂਹ 'ਤੇ, ਕੋਈ ਭਾਂਡੇ ਮਾਂਜਦਾ ਪਿਆ ਖੂਹ 'ਤੇ, ਕੋਈ ਨਹਾਉਂਦਾ ਪਿਆ ਖੂਹ 'ਤੇ। ਅੱਗੇ ਲੋਕ ਖੂਹ 'ਤੇ ਸਾਰਾ ਕੰਮ ਕਰ ਲਿਆ ਕਰਦੇ ਸਨ। ਉਹ ਕਿਨਾਰੇ ਹੋ ਕੇ ਖੜਾ ਹੋ ਗਿਆ ਕਿ ਇਹ ਕੰਮ ਖਤਮ ਕਰ ਲੈਣ, ਮੈਂ ਫਿਰ ਸੁੱਚਾ ਜਲ ਮਹਾਤਮਾ ਲਈ ਭਰ ਕੇ ਜਾਵਾਂ। ਕਿਧਰੇ ਮਾੜਾ ਮੋਟਾ ਗੰਦੇ ਪਾਣੀ ਦਾ ਤੁਬਕਾ ਸ਼ੀਤਲ ਜਲ 'ਚ ਪੈ ਗਿਆ, ਮਹਾਤਮਾ ਦੇ ਪੀਣ ਜੋਗਾ ਨਹੀਂ ਰਹੇਗਾ। ਉਹ ਉਡੀਕ ਕਰਦਾ ਪਿਆ ਅਤੇ ਉਹਦੀ ਨਿਗਾਹ ਪਈ ਇੱਕ ਦੂਸਰੇ ਖੂਹ 'ਤੇ, ਜਿੱਥੇ ਸਾਧ ਸੰਗਤ ਖੂਹ 'ਤੇ ਹੱਟ ਚੱਲਦਾ ਪਿਆ, ਅਤੇ ਹੱਟ ਚਲਾਉਣ ਵਾਲਾ ਹੁੰਦਾ ਇੱਕ ਲੋਹੇ ਦਾ ਕੁੱਤਾ, ਜਿਹੜਾ ਹੱਟ ਨੂੰ ਅੱਗੇ ਅੱਗੇ ਕਰੀ ਜਾਂਦਾ। ਉਹਦੀ ਆਵਾਜ਼ ਬਹੁਤ ਹੁੰਦੀ ਹੈ, ਠੱਕ ਠੱਕ ਦੀ ਆਵਾਜ਼। ਅਤੇ ਕੀ ਵੇਖਿਆ, ਹੱਟ ਚੱਲਦਾ ਪਿਆ, ਪਾਣੀ ਨਿਕਲ ਰਿਹਾ, ਠੱਕ ਠੱਕ ਦੀ ਆਵਾਜ਼ ਆ ਰਹੀ ਹੈ, ਅਤੇ ਇੱਕ ਘੋੜ ਸਵਾਰ ਆਇਆ ਆਪਣੇ ਘੋੜੇ ਨੂੰ ਪਾਣੀ ਪਿਲਾਉਣ ਵਾਸਤੇ। ਉਹ ਜਦੋਂ ਖੂਹ ਦੇ ਕੋਲ ਆਇਆ ਨਾ ਪਾਣੀ ਪਿਲਾਉਣ ਵਾਸਤੇ, ਜਿੱਥੋਂ ਪਾਣੀ ਨਿਕਲ ਰਿਹਾ ਬਾਹਰ ਵਾਲੇ ਪਾਸੇ, ਅਤੇ ਘੋੜੇ ਨੂੰ ਕੋਲ ਕਰਦਾ, ਜਦੋਂ ਠੱਕ ਠੱਕ ਦੀ ਆਵਾਜ਼ ਆਈ, ਘੋੜਾ ਡਰ ਕੇ ਪਿੱਛੇ ਹੋ ਰਿਹਾ।
ਘੋੜਾ ਡਰ ਕੇ ਪਿੱਛੇ ਹੋ ਰਿਹਾ। ਜਦੋਂ ਨੇੜੇ ਕਰਦਾ ਫਿਰ ਠੱਕ ਠੱਕ ਦੀ ਆਵਾਜ਼, ਘੋੜਾ ਫਿਰ ਪਿੱਛੇ ਹੋ ਰਿਹਾ। ਹੱਟ ਬੰਦ ਕਰਵਾਈ ਤੇ ਪਾਣੀ ਬੰਦ ਹੋ ਜਾਵੇ ਨਿਕਲਣਾ। ਹੁਣ ਦੁਬਧਾ ਪਈ ਹੋਈ ਹੈ ਤੇ ਉਹ ਬੰਦਾ ਘੋੜ ਸਵਾਰ ਕੋਲ ਚਲਾ ਗਿਆ। ਕਹਿੰਦੇ ਭਾਈ ਕੀ ਦਿੱਕਤ ਹੈ? ਕਹਿੰਦੇ ਮੇਰੇ ਘੋੜੇ ਨੂੰ ਪਿਆਸ ਲੱਗੀ, ਕਹਿੰਦੇ ਗੰਦਾ ਪਾਣੀ ਇਹ ਪੀਂਦਾ ਨਹੀਂ, ਉੱਥੋਂ ਮੈਂ ਪਿਲਾਉਣਾ ਚਾਹਿਆ ਇਹ ਪੀਂਦਾ ਨਹੀਂ, ਇੱਧਰ ਖੂਹੀ 'ਚ ਸਾਫ਼ ਪਾਣੀ ਹੈ। ਜਦੋਂ ਕੋਲ ਆਉਂਦਾ ਠੱਕ ਠੱਕ ਦੀ ਆਵਾਜ਼ ਇੰਨੀ ਹੈ ਕਿ ਇਹ ਡਰ ਜਾਂਦਾ, ਨੇੜੇ ਜਾਂਦਾ ਨਹੀਂ ਪਾਣੀ। ਉਹ ਬੰਦਾ ਕਹਿਣ ਲੱਗਾ, ਕਹਿੰਦੇ ਉਹ ਭੋਲਿਆ, ਗੰਦਾ ਪਾਣੀ ਤੇਰਾ ਘੋੜਾ ਪੀਂਦਾ ਨਹੀਂ, ਸਾਫ਼ ਪਾਣੀ ਦੇ ਨੇੜੇ ਜਾਂਦਾ ਨਹੀਂ ਕਿਉਂਕਿ ਆਵਾਜ਼ ਹੈ, ਇੱਦਾਂ ਤਾਂ ਇਹ ਪਿਆਸਾ ਰਹਿ ਜਾਏਗਾ, ਇਸ ਠੱਕ ਠੱਕ ਦੇ ਵਿੱਚ ਹੀ ਇਹਨੂੰ ਪਾਣੀ ਪਿਲਾ ਦੇ। ਸਤਸੰਗ, ਇਕਦਮ ਉਹਨੂੰ ਧਿਆਨ ਆਇਆ ਕਿ ਮੈਂ ਮਹਾਤਮਾ ਵਾਸਤੇ ਪਾਣੀ ਲੈਣ ਜਾਣਾ। ਪਾਣੀ ਲਿਆ, ਸੋਚਿਆ ਤੇ ਮਹਾਤਮਾ ਕੋਲ ਗਿਆ। ਮਹਾਤਮਾ ਕਹਿੰਦੇ ਵੀ ਇੰਨੀ ਦੇਰ ਕਿਉਂ ਲਾਤੀ? ਕਹਿੰਦੇ ਮਹਾਰਾਜ ਇੱਕ ਮੂਰਖ ਮਨੁੱਖ ਮਿਲ ਪਿਆ। ਕਹਿੰਦੇ ਕਿਉਂ, ਕੀ ਹੋਇਆ? ਕਹਿੰਦੇ ਜੀ ਖੂਹ 'ਤੇ ਉਹ ਆਪਣੇ ਘੋੜੇ ਨੂੰ ਲੈ ਕੇ ਆਇਆ, ਘੋੜਾ ਗੰਦਾ ਪਾਣੀ ਪੀਂਦਾ ਨਹੀਂ ਸੀ, ਸਾਫ਼ ਪਾਣੀ ਦੇ ਕੋਲ ਠੱਕ ਠੱਕ ਦੀ ਆਵਾਜ਼, ਘੋੜਾ ਡਰਦਾ ਪਾਣੀ ਉਹ ਸਾਫ਼ ਪੀਂਦਾ ਨਹੀਂ। ਅਤੇ ਕਹਿੰਦੇ ਫਿਰ, ਕਹਿੰਦੇ ਮੈਂ ਉਹਨੂੰ ਫਿਰ ਸਲਾਹ ਦੇ ਕੇ ਆਇਆ ਕਿ ਭਾਈ ਠੱਕ ਠੱਕ ਤਾਂ ਚੱਲਦੀ ਰਹਿਣੀ ਹੈ, ਇਹ ਠੱਕ ਠੱਕ ਨੇ ਬੰਦ ਨਹੀਂ ਹੋਣਾ, ਠੱਕ ਠੱਕ ਦੇ ਵਿੱਚ ਹੀ ਇਹਨੂੰ ਪਾਣੀ ਪਿਲਾ ਦੇ, ਆਖੋ ਸਤਨਾਮ। ਅਤੇ ਮਹਾਂਪੁਰ ਕਹਿਣ ਲੱਗੇ, ਕਹਿੰਦੇ ਓਏ ਭੋਲਿਆ, ਇੰਨੀ ਦੇਰ ਦਾ ਇਹੀ ਤਾਂ ਮੈਂ ਤੈਨੂੰ ਸਮਝਾ ਰਿਹਾ, ਇਹੀ ਤਾਂ ਮੈਂ ਤੈਨੂੰ ਸਮਝਾ ਰਿਹਾ ਕਿ ਜ਼ਿੰਦਗੀ ਦੀ ਠੱਕ ਠੱਕ, ਗ੍ਰਸਤੀ ਦੀ ਠੱਕ ਠੱਕ ਤੁਰੀ ਜਾਣੀ ਹੈ, ਤੁਰੀ ਜਾਣੀ ਹੈ, ਕੋਈ ਨਾ ਕੋਈ ਠੱਕ ਠੱਕ ਲੱਗੀ ਰਹਿਣੀ ਹੈ, ਇਸ ਠੱਕ ਠੱਕ ਦੇ ਵਿੱਚ ਹੀ ਮਨ ਰੂਪੀ ਘੋੜੇ ਨੂੰ ਨਾਮ ਦਾ ਪਾਣੀ ਪਿਲਾ ਦੇ, ਆਖੋ ਸਤਨਾਮ। ਇਹ ਠੱਕ ਠੱਕ ਤਾਂ ਲੱਗੀ ਰਹੇ, ਇੱਕ ਦੁੱਖ ਆਉਂਦਾ, ਬੰਦਾ ਕਹਿੰਦਾ ਚੱਲ ਆ ਮੇਰਾ ਭੁਗਤ ਜੇ ਮੈਂ ਫਿਰ ਨਾਮ ਜਪ ਲਾਂਗਾ, ਦੂਜਾ ਆਉਂਦਾ ਇਹ ਭੁਗਤ ਜੇ ਮੈਂ ਫਿਰ ਨਾਮ ਜਪ ਲਾਂਗਾ, ਆ ਮੇਰਾ ਕੰਮ ਭੁਗਤ ਜੇ ਮੈਂ ਫਿਰ ਨਾਮ ਜਪ ਲਾਂਗਾ, ਮੈਂ ਅੰਮ੍ਰਿਤ ਵੇਲਾ ਤਾਂ ਸ਼ੁਰੂ ਕਰ ਲਾਂਗਾ। ਉਹ ਭੋਲਿਆ ਇਹ ਠੱਕ ਠੱਕ ਤਾਂ ਲੱਗੀਆਂ ਰਹਿਣੀਆਂ ਨੇ, ਤੂੰ ਇਹਦੇ ਵਿੱਚ ਹੀ ਨਾਮ ਜਪ ਲੈ, ਆਖੋ ਸਤਨਾਮ। ਇਹ ਮਨ ਨੂੰ ਨਾਮ ਛਕਾ ਦੇ, ਜੇ ਇਹ ਮਨ ਨੂੰ ਠੱਕ ਠੱਕ ਜੇ ਨਾਮ ਛਕਾ ਦੇਗਾ ਤਾਂ ਹੀ ਮਨ ਤ੍ਰਿਪਤ ਹੋਏਗਾ, ਤਾਂ ਹੀ ਮਨ। ਆਓ ਸਾਰੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੀਏ, ਸੱਚਿਆ ਪਾਤਸ਼ਾਹ ਅੱਜ ਦਇਆ ਦੇ ਘਰ 'ਚ ਆਓ, ਅੱਜ ਸਾਰੇ ਤੁਹਾਡੇ ਚਰਨਾਂ 'ਚ ਬੈਠੇ ਹਾਂ ਮਾਲਕਾ, ਕਿਰਪਾ ਦੇ ਘਰ 'ਚ ਆਓ, ਦਇਆ ਦੇ ਸਾਗਰ ਸਾਡੇ ਸਾਰਿਆਂ ਦੀ ਝੋਲੀਆਂ ਦੇ ਵਿੱਚ ਆ ਸੱਚ ਦੀ ਰਾਸ ਪਾ ਦਿਓ, ਸੱਚ ਦੀ ਰਾਸ। ਸਾਰੇ ਕਰੋ ਬੇਨਤੀ ਜੀ, ਕਰੋ ਅਰਦਾਸ ਆਪਣੇ ਸਤ ਗੁਰ ਪਾਸ, ਨਾਨਕ ਨਾਮ ਮਿਲੈ ਸੱਚ ਰਾਸ, ਕਰੋ ਅਰਦਾਸ।
ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰੋ ਅਤੇ ਅੱਗੇ ਸ਼ੇਅਰ ਜ਼ਰੂਰ ਕਰੋ ਜੀ।